ਏਅਰ ਕੈਨੇਡਾ ਇਸ ਸਰਦੀਆਂ ਵਿੱਚ ਕੈਲਗਰੀ ਤੋਂ ਬਾਹਰ 6 ਮੁੱਖ ਰੂਟਾਂ ਵਿੱਚ ਕਟੌਤੀ ਕਰ ਰਿਹਾ ਹੈ ਅਸਲ ਵਿੱਚ ਪਾਇਲਟਸ ਦੀ ਘਾਟ ਕਾਰਨ ਇਹ ਫੈਸਲਾ ਲਿਆ ਜਾ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਚੱਲ ਰਹੇ ਫਲੀਟ ਅਤੇ ਚਾਲਕ ਦਲ ਦੀਆਂ ਰੁਕਾਵਟਾਂ ਕਾਰਨ ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਉਟਾਵਾ ਹੈਲੀਫੈਕਸ ਲਾਸ ਐਂਜਲਸ ਹੋਨੂਲੂਲ ਕੈਨਕਨ ਜਾਂ ਫ੍ਰੈਂਕਫਰਟ ਲਈ ਨੌਨ-ਸਟਾਪ ਉਡਾਣਾਂ ਦੀ ਪੇਸ਼ਕਸ਼ ਨਹੀਂ ਕਰੇਗੀ 에ਅਰ ਕੈਨੇਡਾ ਦੇ ਬੁਲਾਰੇ ਪੀਟਰ ਦਾ ਕਹਿਣਾ ਹੈ ਕਿ ਰੂਟ ਰੱਦ ਕਰਨ ਦਾ ਉਦੇਸ਼ 에ਅਰਲਾਈਨ ਦੀ ਸਮੁੱਚੀ ਸੰਚਾਲਨ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ। ਉਹਨਾਂ ਨੇ ਦੱਸਿਆ ਕਿ ਖੇਤਰੀ ਪਾਇਲਟਾਂ ਦੀ ਉਦਯੋਗ ਵਿਆਪੀ ਘਾਟ ਦਾ 에ਅਰ ਕੈਨੇਡਾ ਦਾ ਖੇਤਰੀ ਨੈਟਵਰਕ ਉੱਤੇ ਲੰਬਾ ਅਸਰ ਪੈਣ ਦੀ ਉਮੀਦ ਹੈ। ਬੁਲਾਰੇ ਨੇ ਕਿਹਾ ਕਿ ਬੌਨਟਰੀਅਲ ਅਧਾਰਤ 에ਅਰਲਾਈਨ ਨੂੰ 에ਅਰ ਕੈਨੇਡਾ ਨੂੰ ਪਾਇਲਟਾਂ ਦੀ ਮੌਜੂਦਾ ਘਾਟ ਦੇ ਨਾਲ ਨਾਲ ਸਪਲਾਈ ਇੰਦੀਆਂ ਚੜਾਵਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ 에ਅਰਲਾਈਨ ਦੇ ਲਈ ਪੁਰਜ਼ਿਆਂ ਨੂੰ ਪ੍ਰਾਪਤ ਕਰਨਾ ਅਤੇ ਸਮੇਂ ਤੇ ਹਵਾਈ ਜਹਾਜ਼ ਦਾ ਰੱਖ-ਰਖਾਅ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਉਮਰਦਰਾਸ ਕਾਰਜਬਲ ਅਤੇ ਨਵੀਆਂ ਡਿਸਕਾਊਂਟਡ 에ਅਰਲਾਈਨਸ ਤੇ ਤੇਜ਼ੀ ਨਾਲ ਪ੍ਰਸਾਰਣ ਸਣੇ ਵੱਖ-ਵੱਖ ਕਾਰਾਂ ਦੇ ਕਾਰਨ ਪੂਰੇ ਮਹਾਦੀਪ 'ਚ ਕਈ ਸਾਲਾਂ ਤੋਂ ਪਾਇਲਟਾਂ ਦੀ ਕਮੀ ਬਣੀ ਹੋਈ ਹੈ ਜੋ ਕਿ ਲੇਬਰ ਸਪਲਾਈ ਤੇ ਦਬਾਅ ਪਾ ਰਿਹਾ ਹੈ ਕੋਵਿਡ-19 ਮਹਾਮਾਰੀ ਨੇ 에ਅਰਲਾਈਨਾਂ ਦੀਆਂ ਪਹਿਲਾਂ ਤੋਂ ਮੌਜੂਦ ਲੇਬਰ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਦੇਸ਼ ਭਾਰ ਵਿੱਚ ਪਾਇਲਟ ਸਖਲਾਈ ਵਿੱਚ ਦੇਰੀ ਅਤੇ ਵਿਗਨ ਪੈਦਾ ਕੀਤਾ ਹੈ। ਨਾਲ ਹੀ ਅਨੁਭਵੀ ਪਾਇਲਟਾਂ ਨੂੰ ਕਿਤੇ ਹੋਰ ਵਧੇਰੇ ਨੌਕਰੀ ਸਥਿਰਤਾ ਤੇ ਪੱਖ ਚ ਉਦਯੋਗ ਤੋਂ ਬਾਹਰ ਨਿਕਲਣ ਦੇ ਲਈ ਪ੍ਰੇਰਿਤ ਕੀਤਾ ਹੈ। 에ਅਰਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿਉਂਕਿ ਕੈਲਗਰੀ ਅਤੇ ਪੱਛਮੀ ਕੈਨੇਡੀਅਨ ਮਾਰਕੀਟ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਨੇ 에ਅਰਲਾਈਨ ਨੇ ਕਿਹਾ ਕਿ ਉਹ ਕੈਲਗਰੀ ਤੋਂ ਲੰਡਨ ਹੀਥਰੋ ਲਈ ਸਿੱਧੀ ਸੇਵਾ ਦੇ ਨਾਲ-ਨਾਲ ਪੂਰੇ ਕੈਨੇਡਾ ਅਤੇ ਅਮਰੀਕਾ ਦੇ ਯਾਤਰੀਆਂ ਲਈ ਸਿੱਧੀ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗੀ